ਮੋਟਿਵ ਹੈ ਮੈਮ ਅੱਜ ਦੀ ਪ੍ਰੈਸ ਕਾਨਫਰੰਸ ਹੈ? ਅੱਜ ਦੀ ਪ੍ਰੈਸ ਕਾਨਫਰੰਸ ਦਾ ਮੋਟਿਵ ਹੈ ਜੀ, ਜੋ ਸਾਡੀ ਕੰਟੀਨਿਊ ਡਰਾਈਵ ਚੱਲ ਰਹੀ ਹੈ ਅਗੇਂਸਟ ਆਲ ਦ ਕ੍ਰਿਮੀਨਲਸ ਔਰ ਐਂਟੀ ਸੋਸ਼ਲ ਐਲੀਮੈਂਟਸ, ਉਹਦੇ 'ਚ ਸਾਨੂੰ ਬੀਤੇ ਦਿਨ ਇੱਕ ਹੋਰ ਸਫਲਤਾ ਮਿਲੀ ਹੈ, ਜਦੋਂ ਸਾਡੀ ਜਿਹੜੀ CIA ਦੀ ਟੀਮ ਹੈ ਖੰਨਾ ਦੀ, ਇੰਸਪੈਕਟਰ ਅਮਨਦੀਪ ਲੈਡ ਬਾਏ SPD ਪ੍ਰਗਿਆ ਜੈਨ ਮੈਡਮ, ਇਹਨਾਂ ਦੀ ਟੀਮ ਨੇ ਪਿਛਲੇ ਦਿਨੀ 17 ਮਈ ਨੂੰ ਇੱਕ ਅਸੀਂ ਦੁਰਾਹਾ 'ਚ FIR ਲਾਂਚ ਕੀਤਾ ਸੀਗਾ, ਇੱਕ ਦਿਵੇਸ਼ ਨਾਂ ਦਾ ਮੁਲਜ਼ਮ ਜਿਹੜਾ ਹਰਿਆਣੇ ਨੂੰ ਬਿਲੋਂਗ ਕਰਦਾ ਝੱਜਰ ਨੂੰ, ਉਹਦੇ 'ਤੇ ਸਾਨੂੰ ਇਨਫੋਰਮੇਸ਼ਨ ਸੀਗੀ ਕਿ ਉਹ ਦੁਰਾਹੇ ਬੱਸ ਸਟੈਂਡ 'ਤੇ ਸ਼ੱਕੀ ਹਾਲਾਤਾਂ 'ਚ ਘੁੰਮ ਰਿਹਾ ਅਤੇ ਉਹਦੇ 'ਚ ਉਹਦੇ ਕੋਲ ਨਾਜਾਇਜ਼ ਅਸਲਾ ਹੈ, ਅਤੇ ਉਸ ਟਾਈਮ ਸਾਨੂੰ ਉਹਦੇ ਤੋਂ 5 ਅਸਲੇ ਬਰਾਮਦ ਹੋਏ ਸੀ ਔਰ FIR ਨੰਬਰ 73 17 ਮਈ ਨੂੰ ਦਰਜ ਹੋਈ ਸੀ ਅੰਡਰ ਅਸਲਾ ਐਕਟ PS ਦੁਰਾਹਾ, ਅਤੇ ਉਸੇ ਕੇਸ 'ਚ ਅਸੀਂ ਅੱਗੇ ਤਫਤੀਸ਼ ਜਾਰੀ ਰੱਖੀ ਅਤੇ ਉਹਦੀ ਪੁੱਛਗਿੱਛ 'ਚ ਅਸੀਂ ਇੱਕ ਹੋਰ ਮੁਲਜ਼ਮ ਗਗਨਦੀਪ ਸਿੰਘ ਉਰਫ ਗੁੰਨੀ ਜਿਹੜਾ ਜ਼ਿਲ੍ਹਾ ਬਰਨਾਲਾ ਨੂੰ ਬਿਲੋਂਗ ਕਰਦਾ, ਉਹਨੂੰ ਨਾਮਜ਼ਦ ਕੀਤਾ ਸੀ ਉਸ ਕੇਸ 'ਚ, ਔਰ ਬਾਅਦ 'ਚ ਉਹਨੂੰ ਪ੍ਰੋਡਕਸ਼ਨ ਵਾਰੰਟ 'ਤੇ ਅਸੀਂ ਲੈ ਕੇ ਆਏ ਜੇਲ੍ਹ ਤੋਂ, ਅਤੇ ਉਹਦੀ FIR ਦੇ ਇਨਕਸ਼ਾਫ 'ਚ ਸਾਨੂੰ 5 ਹੋਰ ਅਸਲੇ ਬਰਾਮਦ ਹੋਏ, ਜਿਹਦੇ 'ਚ 3 ਪਿਸਟਲ ਹੈ 32 ਬੋਰ ਦੇ, ਇੱਕ ਰਿਵੋਲਵਰ ਹੈ 32 ਬੋਰ ਔਰ ਇੱਕ ਦੇਸੀ ਕੱਟਾ ਹੈ 315 ਬੋਰ। ਸੋ ਪਹਿਲਾਂ ਵੀ ਸਾਨੂੰ 5 ਅਸਲੇ ਬਰਾਮਦ ਹੋਏ ਸੀ ਪਿਛਲੇ ਅਕਿਊਜ਼ ਤੋਂ, ਐਂਡ ਡਿਊਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਸਾਨੂੰ ਇਸ ਮੁਲਜ਼ਮ ਤੋਂ 5 ਅਸਲੇ ਹੋਰ ਬਰਾਮਦ ਹੋਏ। ਸੋ ਇਸ ਕੇਸ 'ਚ ਸਾਨੂੰ ਕੁੱਲ 10 ਵੈਪਨਸ ਦੀ ਰਿਕਵਰੀ ਹੈ, ਔਰ ਇਹ ਵੀ ਪੁੱਛਗਿੱਛ 'ਚ ਪਤਾ ਲੱਗਿਆ ਕਿ ਜਿਹੜਾ ਇਹ ਗਗਨਦੀਪ ਸਿੰਘ ਹੈ ਇਹ ਬਾਹਰਲੇ ਜ਼ਿਲ੍ਹਿਆਂ ਦੇ ਜਿਹੜੇ ਗੈਂਗਸਟਰਸ ਹੈ ਉਹਨਾਂ ਨਾਲ ਲਿੰਕ 'ਚ ਸੀਗਾ, ਜਿਵੇਂ ਕਿ ਪਹਿਲਾਂ ਦਿਵੇਸ਼ ਵੀ ਸੀ, ਔਰ ਇਹਨਾਂ ਦੋਨਾਂ ਦਾ ਇਹੀ ਕੰਮ ਸੀ ਕਿ ਮਿਲ ਕੇ ਪੰਜਾਬ ਵਿੱਚ ਅਸਲਾ ਸਪਲਾਈ ਕਰਨਾ, ਐਂਡ ਜਿਸ ਤਰ੍ਹਾਂ ਦੇ ਵੈਪਨ ਇਸ ਕੇਸ 'ਚ ਰਿਕਵਰ ਹੋਏ ਦੱਸ, ਦੈਟ ਮੀਨਸ ਕਿ ਇਹਨਾਂ ਨੇ ਕੋਈ ਵੱਡਾ ਜੁਰਮ ਕਰਨਾ ਸੀ ਜਿਹਨਾਂ ਨੂੰ ਅਸੀਂ ਟਾਈਮਲੀ ਪ੍ਰੀਐਮਪਟ ਕਰਕੇ ਰੋਕ ਦਿੱਤਾ, ਔਰ ਸਾਨੂੰ ਉਮੀਦ ਹੈ ਕਿ ਇਸ ਕੇਸ 'ਚ ਸਾਨੂੰ ਹੋਰ ਵੀ ਲਿੰਕ ਮਿਲਣਗੇ ਅਤੇ ਅਸੀਂ ਹੋਰ ਵੀ ਬੰਦੇ ਫੜਾਂਗੇ ਔਰ ਮੋਰ ਅਸਲਾ ਬਰਾਮਦ ਹੋਣ ਦੀ ਸਾਨੂੰ ਉਮੀਦ ਹੈ। ਔਰ ਮੈਂ ਇਹ ਦੱਸਣਾ ਚਾਹਾਂਗੀ ਕਿ ਜਿਹੜਾ ਗਗਨਦੀਪ ਸਿੰਘ ਹੈ ਬਰਨਾਲੇ ਦਾ ਰਹਿਣ ਵਾਲਾ, ਇਹਦੇ 'ਤੇ ਹੁਣ ਤੱਕ 39 FIRs ਆਲਰੇਡੀ ਲੌਜਡ ਹੈ 2009 ਤੋਂ ਲੈ ਕੇ 2017 ਤੱਕ, ਔਰ ਅਸਲਾ ਐਕਟ ਔਰ NDPS ਮਰਡਰ ਅਟੈਂਪਟ ਟੂ ਮਰਡਰ ਹਰਟ ਕੇ ਸਾਰੇ ਸੰਗੀਨ ਜੁਰਮਾਂ ਦਾ ਇਹ ਦੋਸ਼ੀ ਹੈ। ਸੋ ਇਹ ਸਾਡੇ ਲਈ ਇੱਕ ਵੱਡੀ ਸਫਲਤਾ ਹੈ ਕਿ ਅਸੀਂ ਇੱਦਾਂ ਦਾ ਬੰਦਾ ਇਸ ਕੇਸ 'ਚ ਲੈ ਕੇ ਆਏ ਔਰ ਉਹ 'ਤੇ ਅਸਲਾ ਬਰਾਮਦ ਹੋਇਆ, ਕਿਉਂਕਿ ਇਹਨੇ ਕੋਈ ਨਾ ਕੋਈ ਵੱਡਾ ਹੀ ਕ੍ਰਾਈਮ ਕਰਨਾ ਸੀ। ਮੈਂ ਪਤਾ ਲੱਗਿਆ ਵੀ ਕਿੰਨਾ ਅਸਲਾ ਹਜੇ ਤੱਕ ਸਪਲਾਈ ਕਰ ਚੁੱਕੇ ਨੇ? ਇਹ ਤਾਂ ਜੀ ਹਾਲੇ ਅਸੀਂ ਕਲੀਅਰ ਕਰ ਲਾਂਗੇ ਡਿਊਰਿੰਗ ਇਨਵੈਸਟੀਗੇਸ਼ਨ, ਬਟ ਆਈ ਕੰਗਰੈਚੁਲੇਟ ਮਾਈ ਟੀਮ ਕਿ ਅਸੀਂ ਇਹਨਾਂ ਜਿਹੜੀ ਸਾਡੀ ਡਰਾਈਵ ਚੱਲ ਰਹੀ ਹੈ ਉਹਦੇ ਬਾਰੇ ਵੀ ਮੈਂ ਮੈਂਸ਼ਨ ਕਰਨਾ ਚਾਹਾਂਗੀ ਕਿ ਇਸ ਸਾਲ 'ਚ January 1 ਤੋਂ ਲੈ ਕੇ ਹੁਣ ਤੱਕ ਅਸੀਂ ਆਰਮਸ ਐਕਟ ਦੇ ਅਧੀਨ 15 FIRs ਲੌਂਚ ਕਰ ਚੁੱਕੇ ਹੈ ਕੱਲ ਤੱਕ, ਔਰ 32 ਦੋਸ਼ੀ ਗ੍ਰਿਫਤਾਰ ਕਰ ਚੁੱਕੇ, ਔਰ 55 ਵੈਪਨਸ ਰਿਕਵਰ ਹੋ ਗਏ ਸਾਡੇ, ਵਿਚ ਆਲਸੋ ਇੰਕਲੂਡਸ 115 ਕਾਰਤੂਸ ਔਰ 33 ਮੈਗਜ਼ੀਨ, ਐਂਡ ਆਈ ਐਮ ਸ਼ੋਰ ਕਿ ਸਾਡੀ ਜਿਸ ਤਰ੍ਹਾਂ ਦੀ ਅਸੀਂ ਐਫਰਟ ਕਰ ਰਹੇ ਹਾਂ ਅਸੀਂ ਹੋਰ ਵੀ ਅਸਲਾ ਇਸ ਤਰ੍ਹਾਂ ਹੀ ਬਰਾਮਦ ਕਰਾਂਗੇ ਔਰ ਆਪਣਾ ਡਰਾਈਵ ਅਗੇਂਸ ਐਂਟੀ ਸੋਸ਼ਲ ਐਲੀਮੈਂਟਸ ਕੰਟੀਨਿਊ ਕਰਾਂਗੇ। ਜੀ ਫਿਲਹਾਲ ਤਾਂ ਅਸੀਂ ਉਹਨੂੰ ਗੁੜਗਾਓਂ ਤੋਂ ਲੈ ਕੇ ਆਏ ਹੈ, ਇਹ ਬਰਨਾਲੇ ਨੂੰ ਬਿਲੋਂਗ ਕਰਦਾ, ਬਟ ਸਿੰਸ ਇਜ਼ ਐਨ ਏ ਕੈਟੇਗਰੀ ਗੈਂਗਸਟਰ, ਇਹਦੇ ਉੱਤੇ 39 FIRs ਲੌਂਚਡ ਹੈ ਅਤੇ ਗੁੜਗਾਓਂ ਦੀ ਜੇਲ੍ਹ 'ਚ ਸੀ। ਸੀ ਇਹ ਤਾਂ ਮੈਂ ਕਮੈਂਟ ਨਹੀਂ ਕਰਨਾ ਚਾਹੁੰਦੀ, ਬਟ ਕੁਛ ਨਾ ਕੁਛ ਤਾਂ ਸਾਡੀ ਤਫਤੀਸ਼ 'ਚ ਹੁੰਦਾ ਹੀ ਹੈ ਜਿਹਦੇ ਕਰਕੇ ਸਾਡੇ ਲਿੰਕ ਇਹਦੇ ਨਿਕਲੇ। ਕਿਹੜੇ ਗੈਂਗਸਟਰਾਂ ਨਾਲ ਕਿਸੇ ਦਾ ਨਾਮ ਸਾਹਮਣੇ ਆਇਆ ਵੀ ਸੰਬੰਧ ਹੋਣਗੇ? ਸੀ ਇੱਕ ਤਾਂ ਜਿਹੜਾ ਦਿਵੇਸ਼ ਸੀਗਾ ਉਹਦੇ 'ਤੇ ਵੀ ਪਰਚੇ ਦਰਜ ਸੀ, ਉਹਦੀ ਤਫਤੀਸ਼ 'ਚ ਇਹਦਾ ਨਾਂ ਆਇਆ, ਹੁਣ ਸਾਡੇ ਕੋਲ ਹੋਰ ਵੀ ਇਨਪੁੱਟਸ ਹੈ ਬਟ ਡਿਊ ਟੂ ਆਪਰੇਸ਼ਨਲ ਰਿਕੁਆਇਰਮੈਂਟਸ ਮੈਂ ਉਹ ਰਿਵੀਲ ਨਹੀਂ ਕਰ ਸਕਦੀ ਫਿਲਹਾਲ। ਥੈਂਕ ਯੂ। ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਧੀਮਾਨ ਦੀ ਖਾਸ ਰਿਪੋਰਟ।